12 ਸਾਲ ਪਹਿਲਾਂ ਸ਼ਹਿਰ ਦੀ ਇੰਪਰੂਵਮੈਂਟ ਟਰੱਸਟ ਦੀ 7 ਨੰਬਰ ਸਕੀਮ ਵਿੱਚ ਇੱਕ ਸਿਰਕੱਟੀ ਲਾਸ਼ ਮਿਲਣ ਦੇ ਮਾਮਲੇ ਵਿੱਚ ਸਾਬਕਾ ADGP ਰਾਮ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਆਗੂ ਕੁਨਵਰ ਵਿਜੇ ਪ੍ਰਤਾਪ ਸਿੰਘ ਨੂੰ ਅਦਾਲਤ ਵੱਲੋਂ ਤਲਬ ਕਰਨ ਦਾ ਮਾਮਲਾ ਪਿਛਲੇ ਦਿਨੀ ਕਾਫ਼ੀ ਚਰਚਾ ਵਿੱਚ ਰਿਹਾ। ਇਸ ਮਾਮਲੇ ਵਿੱਚ ਇੱਕ ਔਰਤ ਦੇ ਕਤਲ ਦੇ ਆਰੋਪ ਹੇਠ ਮ੍ਰਿਤਕ ਔਰਤ ਦੇ ਪਤੀ ਅਤੇ ਪਰਿਵਾਰਕ ਮੈਂਬਰਾਂ ਨੂੰ ਪੁਲਿਸ ਵੱਲੋਂ ਨਜਾਇਜ਼ 10 ਦਿਨ ਹਿਰਾਸਤ ਵਿੱਚ ਰੱਖ ਕੇ ਤਸੀਹੇ ਦਿੱਤੇ ਗਏ ਸਨ। ਬਾਅਦ ਵਿੱਚ ਖੁਲਾਸਾ ਹੋਇਆ ਸੀ ਕਿ ਉਕਤ ਔਰਤ ਤਾਂ ਜਿੰਦੀ ਜਾਗਦੀ ਅਤੇ ਆਪਣੇ ਜਵਾਈ ਨੂੰ ਫਸਾਉਣ ਲਈ ਸਹੁਰੇ ਨੇ ਕਿਸੇ ਹੋਰ ਔਰਤ ਦਾ ਕਤਲ ਕਰਕੇ ਉਸਨੂੰ ਆਪਣੀ ਲੜਕੀ ਦੇ ਕੱਪੜੇ ਪਹਿਨਾ ਦਿੱਤੇ ਸਨ। 2017 ਵਿੱਚ ਅਦਾਲਤ ਨੇ ਝੂਠੀ ਸਾਜ਼ਿਸ਼ ਰਚਨ ਅਤੇ ਇੱਕ ਔਰਤ ਦਾ ਕਤਲ ਕਰਨ ਦੇ ਆਰੋਪ ਹੇਠ ਮਨੋਜ ਕੁਮਾਰ ਦੇ ਸਹੁਰੇ, ਪਤਨੀ ਅਤੇ ਸਾਲੇ ਸਮੇਤ ਕੁੱਲ 8 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਹੁਣ ਅਦਾਲਤ ਵੱਲੋਂ ਮਨੋਜ ਕੁਮਾਰ ਦੀ ਸ਼ਿਕਾਇਤ ਤੇ 8 ਪੁਲਿਸ ਅਧਿਕਾਰੀ ਨੂੰ ਤਲਬ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਰਾਮ ਸਿੰਘ, ਕੁਨਵਰ ਵਿਜੇ ਪ੍ਰਤਾਪ ਸਿੰਘ ਵੀ ਸ਼ਾਮਲ ਹਨ ਅਤੇ ਤਤਕਾਲੀ SHO ਯਾਦਵਿੰਦਰ ਸਿੰਘ ਦੇ ਗੈਰ ਜ਼ਮਾਨਤੀ ਵਾਰੰਟ ਅਦਾਲਤ ਵੱਲੋਂ ਜਾਰੀ ਕੀਤੇ ਗਏ ਹਨ। ਲਪਿਤ ਖੁਸ਼ੀਪੁਰ ਦੀ ਰਿਪੋਰਟ। 16 ਅਪ੍ਰੈਲ 2003 ਦੇ ਵਿੱਚ ਹੋਇਆ ਸੀ, ਤਿੰਨ ਦੇ ਵਿੱਚ ਹੋਇਆ। ਮੇਰੇ ਦੋ ਬੱਚੇ ਪੈਦਾ ਹੋਏ, ਦੋ ਬੇਟੇ, ਇੱਕ ਦਾ ਨਾਂ ਅਨਮੋਲ ਅਤੇ ਇੱਕ ਦਾ ਨਾਂ ਮੰਥਨ। ਮੇਰਾ ਸੋਹਰਾ ਮੇਰੀ ਘਰਵਾਲੀ ਦਾ ਵਿਆਹ ਜਿਹੜਾ ਮੈਂ ਆਪਣੀ ਰਿਸ਼ਤੇਦਾਰੀ ਵਿੱਚ ਕਰਕੇ ਅਤੇ ਆਪਣਾ ਵਿਆਹ ਕਰਾਉਣਾ ਚਾਹੁੰਦਾ ਸੀ। ਉਹਨੇ ਮੈਨੂੰ ਕਈ ਵਾਰੀ ਕਿਹਾ ਵੀ ਮੈਂ ਆਪਣੇ ਤੂੰ ਆਪਣੇ ਬੱਚੇ ਲੈ ਲਾ ਅਤੇ ਮੈਂ ਆਪਣੀ ਕੁੜੀ ਦਾ ਵਿਆਹ ਹੋਰ ਕਿਤੇ ਕਰ ਦੇਣਾ ਆ। ਜੇ ਤੂੰ ਮੈਨੂੰ ਵਿਆਹ ਕਰਾਉਣਾ ਚਾਹੁੰਦਾ ਸੀ, ਸੱਸ ਦੀ ਡੈਥ ਹੋ ਚੁੱਕੀ, ਸੱਸ ਦੀ ਡੈਥ ਹੋਣ ਤੋਂ ਬਾਅਦ ਆਪਣਾ ਵਿਆਹ ਵੀ ਕਰਾਉਣਾ ਚਾਹੁੰਦਾ ਸੀ ਆਪਣੀ ਰਿਸ਼ਤੇਦਾਰੀ ਦੇ ਵਿੱਚ ਹੀ ਉਹ, ਠੀਕ ਆ। ਇਹਨਾਂ ਨੇ ਮੈਨੂੰ ਕਿਹਾ ਕਿ ਸਾਡੀ ਰਿਸ਼ਤੇਦਾਰੀ ਦੇ ਵਿੱਚ ਕਿ ਤੈਨੂੰ ਪਤਾ ਹੀ ਹੈ ਵੀ ਕੁੜੀ HIV ਪੀੜਤ ਆ, ਅਸੀਂ ਜੇ ਵੱਢ ਕੇ ਤੈਨੂੰ ਉਹਦੇ ਕਤਲ ਕੇਸ ਵਿੱਚ ਨਾ ਫਸਾਇਆ ਤਾਂ ਗੱਲ ਕਰੀ। ਅੱਛਾ, ਕਿਸੇ ਹੋਰ ਦੇ ਕਤਲ 'ਚ ਫਸਾਉਣਾ ਚਾਹੁੰਦੇ? ਹਾਂ, ਉਹਨਾਂ ਕਿਹਾ ਕਿ ਆਪਾਂ ਉਹ ਤੇਰੀ ਤੈਨੂੰ ਨਾ ਫਸਾਇਆ ਤਾਂ ਗੱਲ ਕਰੀ। ਇਹਨਾਂ ਨੇ ਫਿਰ ਇਹੀ ਕੰਮ ਕਰ ਕੀਤਾ। 9-12 ਨੂੰ ਇਹਨੇ ਮੇਰੀ ਘਰਵਾਲੀ ਨੂੰ ਆਪਣੇ ਕੋਲ ਬੁਲਾ ਲਿਆ, ਉਦੋਂ ਸ਼ੁੱਕਰਵਾਰ ਸੀਗਾ ਬਹਾਨੇ ਨਾਲ, ਅਤੇ ਉਹਨੂੰ ਇਹਨਾਂ ਨੇ ਜੰਮੂ ਭੇਜ ਦਿੱਤਾ, ਸੋਨੂੰ ਨਾਲ ਆਪਣੇ ਰਿਸ਼ਤੇਦਾਰ ਨਾਲ ਹੀ ਸੋਨੂੰ ਜੰਮੂ ਭੇਜ ਦਿੱਤਾ ਉਹਨਾਂ ਨੇ। ਫਿਰ ਇਹਨਾਂ ਨੇ ਮਤਲਬ ਕਿ ਆਪਣੇ ਰਿਸ਼ਤੇਦਾਰਾਂ ਨਾਲ ਸਲਾਹ ਮਸ਼ਵਰਾ ਕਰਕੇ ਉਹਦੀ HIV ਪੀੜਿਤ ਔਰਤ ਸੀਗੀ ਉਹਨੂੰ ਪੁਲਿਸ ਨਾਲ ਇਹਨਾਂ ਨੇ ਸਾਜ਼ਿਸ਼ ਰਚ ਕੇ, ਠੀਕ ਆ ਜੀ, ਉਹਦਾ ਨਾਂ ਗੋਗਾ ਦਰਸ਼ਾ ਉਰਫ ਗੋਗਾ ਸੀਗਾ ਉਸ ਕੁੜੀ ਦਾ ਨਾਂ। ਇਹਨਾਂ ਨੇ ਉਹਨੂੰ ਮੇਰੀ ਘਰਵਾਲੀ ਦੇ ਕੱਪੜੇ ਪਵਾ ਕੇ ਫਿਰੋਜ਼ੀ ਰੰਗ ਦਾ ਸੂਟ ਉਹਨੂੰ ਪਾਇਆ ਉਸ ਕੁੜੀ ਨੂੰ, ਆਪਣੇ ਰਿਸ਼ਤੇਦਾਰਾਂ ਦੇ ਕੁਝ ਗਹਿਣੇ ਅਤੇ ਕੱਪੜੇ ਅਤੇ ਮੇਰੀ ਘਰਵਾਲੀ ਦੀ ਫਿਰੋਜ਼ੀ ਰੰਗ ਦੀ ਜੁੱਤੀ ਪਵਾ ਕੇ ਅਤੇ ਪੁਲਿਸ ਨਾਲ ਇਹਨਾਂ ਨੇ ਸਾਜ਼ਿਸ਼ ਰਚ ਕੇ ਉਹਦਾ ਮਿਤੀ 11-12 ਦੀ ਰਾਤ ਨੂੰ, ਦਰਮਿਆਨੀ ਰਾਤ ਨੂੰ 2011 ਦੇ ਵਿੱਚ 11-12-2011 ਦੀ ਦਰਮਿਆਨੀ ਰਾਤ, ਉਹਦਾ ਐਤਵਾਰ ਸੀਗਾ, ਇਹਨਾਂ ਉਹਦਾ ਸਿਰ ਵੱਢ ਕੇ ਕਤਲ ਕਰ ਦਿੱਤਾ ਤਾਂ ਕਿ ਉਹਦੀ ਉਹਦੀ ਲਾਸ਼ ਦੀ ਸਿਰ ਕੱਟੀ, ਉਹਦੀ ਲਾਸ਼ ਦੀ ਪਹਿਚਾਣ ਜਿਹੜੀ ਆ ਮੇਰੀ ਪਤਨੀ ਜਿੰਦਾ ਪਤਨੀ ਗੋਲਡੀ ਦੇ ਰੂਪ ਵਿੱਚ ਕੀਤੀ ਜਾ ਸਕੇ। ਅਤੇ ਮੇਰੇ ਖਿਲਾਫ਼ ਇਹਨਾਂ ਨੇ ਕੰਪਲੇਂਟ ਕਰ ਦਿੱਤੀ ਥਾਣੇ ਦੇ ਵਿੱਚ, ਮੇਰੇ ਅਤੇ ਮੇਰੇ ਬਾਕੀ ਪਰਿਵਾਰਕ ਮੈਂਬਰਾਂ ਦੇ ਖਿਲਾਫ਼ ਜਿਹੜਾ ਉਹ ਪਰਚਾ ਦਰਜ ਕਰਾ ਦਿੱਤਾ, ਮੁਕਦਮਾ ਨੰਬਰ 217/12-12-2011 ਨੂੰ, ਦਫ਼ਾ 302-201-34 ਦੇ ਤਹਿਤ। ਅਤੇ ਪੁਲਿਸ ਨੇ ਸਾਨੂੰ 2:30 ਦੇ ਕਰੀਬ ਮੇਰੇ ਘਰ ਵਿੱਚ ਰੇਡ ਕਰਕੇ ਉੱਥੇ ਸਾਨੂੰ ਇਹ ਮਤਲਬ ਕਿ ਅਰੈਸਟ ਕਰਕੇ ਲੈ ਗਏ ਅਤੇ ਇਹਨਾਂ ਨੇ, ਮੈਂ ਇਹਨਾਂ ਨੂੰ ਕਹਿੰਦਾ ਰਹਿ ਗਿਆ ਕਿ ਮੇਰੀ ਘਰਵਾਲੀ ਜਿਹੜੀ ਜਿੰਦੀ ਆ ਉਹ ਨਾਲ ਦੇ ਕੁਆਟਰ ਦੇ ਵਿੱਚ ਉਹਨਾਂ ਆਪਣੇ ਸਿਲਾਈ ਦਿੱਤੇ ਹੋਏ ਕੱਪੜੇ ਜਿਹੜੇ ਲੈ ਕੇ ਗਈ ਆ। ਇਹਨਾਂ ਨੇ ਮੇਰੇ ਤੋਂ ਕੋਈ ਯਕੀਨ ਨਹੀਂ ਕੀਤਾ, ਇਹਨਾਂ ਸਾਨੂੰ ਇੱਥੇ ਮਾਰਨਾ ਕੁੱਟਣਾ ਚਾਲੂ ਕੀਤਾ, ਗੱਡੀ 'ਚ ਬਹਾ ਲਿਆ ਅਤੇ ਉੱਥੇ ਜਾ ਕੇ ਇਹਨਾਂ ਨੇ ਇੰਟਰੋਗੇਸ਼ਨ ਕਰਨਾ ਚਾਲੂ ਕਰਤਾ। ਮੇਨ SHO ਕੌਣ ਸੀ? ਉਸ 'ਤੇ SHO ਯਾਦਵਿੰਦਰ ਸਿੰਘ ਸੀਗਾ। ਅਰੈਸਟ ਪਾਈ ਤੁਹਾਡੀ? ਉਹਨਾਂ ਨੇ ਮੇਰੀ ਅਰੈਸਟ ਨਹੀਂ ਪਾਈ, ਨਾ ਮੈਨੂੰ ਲੀਗਲ ਕਸਟੱਡੀ 'ਚ ਰੱਖਿਆ। ਕਿੰਨੇ ਦਿਨ? ਇਹਨਾਂ ਨੇ ਮੈਨੂੰ 9-10 ਦਿਨ ਤੱਕ ਲੀਗਲ ਕਸਟੱਡੀ 'ਚ ਰੱਖਿਆ ਇਹਨਾਂ ਨੇ, ਇੱਕ ਥਾਣੇ ਸਿਟੀ ਦੇ ਵਿੱਚ CA ਸਟਾਫ ਦੇ 'ਚ। ਹਾਂ, ਮਾਰ ਕੁਟਾਈ ਕਰਦੇ ਰਹੇ ਦਰਾਂਗਲੇ, ਬ੍ਰਹਮਪੁਰ ਅਤੇ ਦੀਨਾਨਗਰ, ਅਤੇ ਦੀਨਾਨਗਰ ਤੋਂ ਲਿਆ ਕੇ ਥਾਣੇ ਸਿਟੀ ਦੇ ਵਿੱਚ ਇਹਨਾਂ ਨੇ 22 ਤਰੀਕ ਨੂੰ ਮੈਨੂੰ ਇਹਨਾਂ ਨੇ ਛੱਡ ਦਿੱਤਾ। ਤੁਹਾਨੂੰ ਰਿਹਾ ਕੀਤਾ, ਕਮਿਟ ਕਰਾਉਣ ਦੀ ਕੋਸ਼ਿਸ਼ ਕਰਦੇ ਪਏ? ਹਾਂਜੀ ਹਾਂਜੀ, ਕਮਿਟ ਕਰਾਉਣ ਦੀ। ਤੁਸੀਂ ਕਤਲ ਕੀਤਾ? ਕਤਲ ਕੀਤਾ ਅਤੇ ਤੁਸੀਂ ਇਹਨੂੰ
ਮੰਨੋ ਕਿ ਆਪਾਂ ਕੀਤਾ ਆ। ਫਿਰ ਖੁਲਾਸਾ ਕਿੱਦਾਂ ਹੋਇਆ ਕਿ ਉਹ ਤੁਹਾਡੀ ਵਾਈਫ ਦਾ ਕਤਲ ਨਹੀਂ ਕੋਈ ਹੋਰ ਸੀ? ਮੈਂ ਇਹਨਾਂ ਨੂੰ ਦੱਸਦਾ ਰਿਹਾ ਹਾਂ ਕਿ ਮੇਰੀ ਘਰ ਵਾਲੀ ਹੈ, ਮੈਨੂੰ ਕਹਿੰਦੇ ਕਨਫੈਸ਼ਨ ਕਰੋ। ਮੈਂ ਇਹਨਾਂ ਨੂੰ ਦੱਸਿਆ ਸੀ ਕਿ ਉਹ ਘਰ ਦੀ ਮੇਰੀ ਜਿੰਦੀ ਆ। ਫਿਰ ਇਹਨਾਂ ਨੂੰ ਮੈਂ ਜਗ੍ਹਾ ਦੱਸੀ ਹਾਂ ਕਿ ਰਾਜਸਥਾਨ 'ਚ ਜਾਂ ਇਹਨਾਂ ਨੇ ਮੈਨੂੰ ਇੱਥੇ ਜਗ੍ਹਾ ਦੇ ਵਿੱਚ ਆਖਿਆ ਜੰਮੂ ਭੇਜਣ ਵਾਸਤੇ। ਉੱਥੇ ਫਿਰ ਇਹਨਾਂ ਨੇ ਰੇਡ ਕੀਤਾ। ਉਸ ਟਾਈਮ 'ਤੇ ਠਾਕਰ ਸੀ ਐੱਸ ਸਟਾਫ ਦੇ ਇੰਚਾਰਜ ਸੀਗੇ ਬਲਦੇਵ ਸਿੰਘ, ਉਹ ਵਧੀਆ ਇਨਸਾਨ ਸੀਗੇ। ਉਹਨਾਂ ਨੇ ਖੁਦ ਜਾ ਕੇ ਉੱਥੇ ਰੇਡ ਕਰਕੇ ਤੈਨੂੰ ਮੇਰੀ ਘਰ ਦੀ ਨੂੰ ਬਰਾਮਦ ਕਰਕੇ ਲਿਆਂਦਾ ਅਤੇ ਅਫਸਰ ਉਹਨਾਂ ਨਾਲ ਨਾਰਾਜ਼ ਵੀ ਰਹੇ ਆ। ਫਿਰ ਤੁਹਾਨੂੰ ਛੱਡ ਦਿੱਤਾ? ਮੈਨੂੰ ਛੱਡ ਦਿੱਤਾ, ਮੈਨੂੰ ਤੇ ਮੇਰੇ ਭਰਾ ਨੂੰ ਮੇਰੇ ਨਾਲ। ਤੁਹਾਨੂੰ ਸਸਪੈਂਡ ਵਗੈਰਾ ਵੀ ਨਹੀਂ ਕੀਤਾ? ਨਹੀਂ, ਸਸਪੈਂਡ ਵੀ ਨਹੀਂ ਕੀਤਾ ਗਿਆ, ਅਰੈਸਟ ਵੀ ਨਹੀਂ ਪਾਈ ਗਈ? ਨਹੀਂ, ਅਰੈਸਟ ਨਹੀਂ ਪਾਈ ਇਹਨਾਂ ਨੇ ਮੇਰੀ। ਮੈਨੂੰ 11 ਦਿਨ ਸਬਰ ਕਰਕੇ ਮੇਰੀ ਤਨਖਾਹ ਕੱਟੀ। ਉਹ ਮਾਮਲੇ 'ਚ 8 ਬੰਦਿਆਂ ਨੂੰ ਸਜ਼ਾ ਹੋ ਚੁੱਕੀ ਹੈ, ਤੁਹਾਨੂੰ ਕਿਹਨੂੰ ਸਜ਼ਾ ਹੋਈ ਹੈ? ਉਹਦੇ ਵਿੱਚ ਮੇਰੇ ਸਹੁਰੇ ਬੂਆ ਮਸੀਹ ਨੂੰ, ਮੇਰੀ ਘਰ ਵਾਲੀ ਨੂੰ, ਸੋਨੂ ਨੂੰ, ਮੇਰੇ ਕਸਾਲੇ ਨੂੰ, ਇੱਕ ਜਿਨ੍ਹਾਂ ਨੇ ਲਾਸ਼ ਦੀ ਸ਼ਨਾਖਤ ਕੀਤੀ ਸੀਗੀ ਉਹ ਲੜਕਾ ਸੀਗਾ ਮੈਨੂੰ, ਉਹਨਾਂ ਦੇ ਨਾਮ ਬਾਕੀ 8 ਆਦਮੀ ਸੀ ਜਿਹੜੇ ਨਾਲ ਮੇਰਾ ਸਹੁਰਾ ਵਿਆਹ ਕਰਾਉਣਾ ਚਾਹੁੰਦਾ ਸੀ, ਉਹ ਕੁੜੀ ਨੂੰ ਜੱਜ ਸਾਹਿਬ ਨੇ ਬਰੀ ਕੀਤਾ ਸੀ ਪੂਜਾ ਨੂੰ। ਉਸ ਤੋਂ ਬਾਅਦ ਨਜਾਇਜ਼ ਕਸਟਡੀ ਦਾ ਕੇਸ ਕਿੱਦਾਂ ਕੀਤਾ ਤੁਸੀਂ? ਇਹਦੇ 'ਚ ਸੁਪਰੀਮ, ਮੈਂ ਇਹ ਸਾਰਾ ਮਾਮਲਾ ਜਿਹੜਾ ਕਈ ਉੱਚ ਪੁਲਿਸ ਅਧਿਕਾਰੀਆਂ ਧਿਆਨ ਵਿੱਚ ਲਿਆਉਂਦਾ ਸੀ ਅਤੇ ਇਹਨੇ ਕਿਸੇ ਮੇਰੀ ਸੁਣਵਾਈ ਨਹੀਂ ਕੀਤੀ। ਮੈਂ ਇਹ ਫਿਰ ਹਾਈਕੋਰਟ ਦੇ ਵਿੱਚ ਰਿਟ ਪਾਈ ਸੀਗੀ। ਰਿਟ ਨੰਬਰ ਹੈਗਾ CRM 67/12। ਉਹਦੇ ਵਿੱਚ ਫਿਰ ਜੱਜ ਸਾਹਿਬ ਨੇ ਨਜਾਇਜ਼ ਕਸਟਡੀ ਦਾ ਕਿ ਮੈਨੂੰ 10 ਦਿਨ ਅੰਦਰ ਰੱਖਿਆ ਆ ਅਤੇ 1,00,000 ਰੁਪਇਆ ਮੇਰੇ ਸਹੁਰੇ ਨੂੰ ਜੁਰਮਾਨਾ ਕੀਤਾ ਸੀਗਾ। ਇਹ ਫਿਰ ਪੁਲਿਸ ਦੇ ਨਾਲ ਇਹ ਸੁਪਰੀਮ ਕੋਰਟ 'ਚ ਲਾਏ ਗਏ। ਸੁਪਰੀਮ ਕੋਰਟ ਨੇ 1,00,000 ਰੁਪਇਆ ਲਾ ਦਿੱਤਾ ਸੀ, ਲੇਕਿਨ ਜਿਹੜਾ ਨਜਾਇਜ਼ ਰਾਸਤੇ ਸੀਗਾ ਉਹ ਨਾਲ ਰਹਿਣ ਦਿੱਤਾ ਸੀ। ਕਿਤੇ ਕਿਤੇ ਦੇ ਨਜਾਇਜ਼ ਹਿਰਾਸਤ ਕੀਤੇ? ਜਿਹੜਾ ਮਤਲਬ ਕਿ ਮੈਂ ਪੁਲਿਸ ਪਾਰਟੀ ਨੇ ਸਾਰੀ ਨੂੰ ਪਾਇਆ ਸੀ ਵਿੱਚ, ਜਿਹਨਾਂ ਨੇ ਰੇਡ ਕੀਤਾ ਸੀ ਮੇਰੇ ਘਰ ਵਿੱਚ। ਉਹਦੇ 'ਚ ADGP ਰਾਮ ਸਿੰਘ ਵੀ ਹੈ, ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਹੈ, ਉਹਨਾਂ ਦਾ ਕੀ ਰੋਲ ਸੀ? ਇਹ DIG ਦੇ ਅਹੁਦੇ 'ਤੇ ਸੀ ਰਾਮ ਸਿੰਘ ਉਸ ਟਾਈਮ, ਵਿਜੇ ਪ੍ਰਤਾਪ ਇਹ ਮੁੱਖ ਮੰਤਰੀ ਸੁਰੱਖਿਆ ਸੀਗਾ। ਇਹਨਾਂ ਨੇ ਉਸ ਟਾਈਮ 'ਤੇ ਮੇਰੇ ਸਹੁਰਾ ਸਾਹਿਬ ਨੇ ਇਹਨਾਂ ਨੇ ਸਾਰਿਆਂ ਨੇ ਧਰਨਾ ਲਾਇਆ ਰਹੇ ਨਜਾਇਜ਼ ਤੌਰ 'ਤੇ ਇਸੇ, ਅਤੇ ਇਹ ਆਏ ਨੇ ਗੁਰਦਾਸਪੁਰ ਦੇ ਵਿੱਚ, ਇਹਨਾਂ ਨੇ ਥਾਣੇ ਦੇ ਵਿੱਚ ਆ ਕੇ ਧਰਨਾ ਲਵਾਇਆ। ਇਸ ਤੋਂ ਪਹਿਲਾਂ ਗੁਰਦਾਸਪੁਰ ਦੇ ਵਿੱਚ ਉਸ ਦਿਨ ਇਲੈਕਸ਼ਨਾਂ 30 ਜਨਵਰੀ 2012 ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਹੋਣੀਆਂ ਉਹਦੇ ਸੰਬੰਧ 'ਚ ਮੀਟਿੰਗ ਸੀਗੀ ਜਿਸ ਦਿਨ ਮੈਨੂੰ ਫਸਾਇਆ ਗਿਆ ਵਾ। ਇਹਨਾਂ ਨੇ ਆਪ ਹੀ ਸਾਰਾ ਰੇਡ ਮਾਰਿਆ ਮੇਰੇ ਘਰ ਦੇ ਉੱਤੇ, ਮਤਲਬ ਹਾਂਜੀ ਇਹਨਾਂ ਲਿਖਾਇਆ ਵੀ ਵਿੱਚ, ਇਹਨਾਂ ਨੇ ਮੈਨੂੰ ਮੇਰੇ ਸਹੁਰਾ ਸਾਹਿਬ ਨੇ ਕਿਹਾ ਸੀ ਇਹਦੇ ਵਿੱਚ ਉਹਦੇ ਜਨਾਨੀ ਨੂੰ ਵੱਢ ਕੇ ਇਹਨਾਂ ਤੁਹਾਨੂੰ ਫਸਾਉਣਾ ਵਾ। ਹੁਣ ਅੱਗੋਂ ਕੀ ਕਾਰਵਾਈ ਹੈ ਅਦਾਲਤ ਦੀ? ਅੱਗੋਂ ਅਦਾਲਤ ਦੀ ਕਾਰਵਾਈ ਇਹ ਆ ਕਿ ਅਦਾਲਤ ਨੇ ਇਹਨਾਂ ਵਿੱਚ ਜਿਹੜੇ ਸਾਡੇ ਆਫਿਸਰ ਆ ਉਹਨਾਂ ਦੇ ਕਈਆਂ ਦੇ ਅਰੈਸਟ ਆਰਡਰ ਜਾਰੀ ਕੀਤੇ ਆ ਅਤੇ ਕਈਆਂ ਨੂੰ ਸਮਨਿੰਗ ਜਾਰੀ ਕੀਤੀ ਆ ਇਹਦੇ ਵਿੱਚ। ਇਹਦੇ ਇਸ ਝੂਠੇ ਕੇਸ ਦੇ ਵਿੱਚ ਮੇਰੇ ਪਰਿਵਾਰ ਦੇ 3 ਜੀਆਂ ਜਿਹੜੀ ਹੈ ਨਾ ਪੁਲਿਸ ਦੀ ਨਜ਼ਾਰਾ ਦੌਰਾਨ ਪੁਲਿਸ ਦਾ ਡਰੀ ਉਹਨਾਂ ਨੇ ਇਹਨਾਂ ਨਾਲ ਮਾਰ ਕੁਟਾਈ ਕੀਤੀ, ਡਰੀ ਦਿਲ ਵਿੱਚ ਬੈਠ ਜਾਣ ਕਰਕੇ ਬੇਵਕਤੀ ਮੌਤ ਹੋ ਗਈ ਸੀਗੀ ਜਿਹਨਾਂ ਮੇਰੇ ਚਾਚਾ ਚਾਚੀ ਅਤੇ ਮੇਰੇ ਪਿਤਾ ਜੀ ਦੀ। ਲੰਬੀ ਲੜਾਈ ਲੜੀ ਹੈ ਤੁਸੀਂ, ਨੌਕਰੀ 'ਤੇ ਰਹਿੰਦੇ ਹੋਏ ਵੀ ਇੰਨੀ ਮਤਲਬ ਮਾਰ ਵੀ ਝੱਲੀ ਹੈ, ਫਿਰ ਵੀ ਹਿੰਮਤ ਨਹੀਂ ਛੱਡੀ, ਅੱਗੋਂ ਕੀ ਕਾਰਵਾਈ ਚਾਹੁੰਦੇ ਹੋ ਇਹਨਾਂ 'ਤੇ? ਇਹਨਾਂ 'ਤੇ ਆਪਾਂ ਇਹੋ ਚਾਹੁੰਦੇ ਹਾਂ ਕਿ ਇਹਨਾਂ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਇਸੇ ਤਰ੍ਹਾਂ ਦਾ ਜਿਹੜਾ ਨਾਟਕੀ ਢੰਗ ਨਾਲ ਕਤਲ ਆ ਨਾ ਇਹ ਸਿਆਸਤ ਨਾਲ ਰਲ ਕੇ ਨਹੀਂ ਹੋਣਾ ਚਾਹੀਦਾ, ਸਿਆਸੀ ਬੰਦਿਆਂ ਨਾਲ, MLA ਅਤੇ ਮੰਤਰੀਆਂ ਦੇ ਨਾਲ। ਪੁਲਿਸ ਦਾ ਜੋ ਫਰਜ਼ ਬਣਦਾ ਆ, ਪੁਲਿਸ ਇੱਕ ਜਾਂਚ ਏਜੰਸੀ ਆ। ਹਮਾਰੇ ਕੋਚਿੰਗ ਇੰਸਟੀਟਿਊਟ ਮੇ ਬੋਥ ਸਕੂਲਿੰਗ ਐਂਡ ਕੋਚਿੰਗ ਫੈਸਿਲਿਟੀ ਕੋ ਲੇਂਗੇ, ਉਨਕੋ ਕੋਈ ਵੀ ਐਕਸਟਰਾ ਟਿਊਸ਼ਨ ਜਾਂ ਕੋਚਿੰਗ ਲੈਣੇ ਕੀ ਜ਼ਰੂਰਤ ਨਹੀਂ ਪੜੇਗੀ। ਉਨਕਾ ਸਮੇਂ ਔਰ ਉਨਕਾ ਪੈਸਾ ਦੋਨੋਂ ਹਮਾਰੇ ਸਾਥ ਐਡਮਿਸ਼ਨ ਲੈਣੇ ਪੇ ਬਚ ਸਕਤਾ ਹੈ।